ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਪਣੇ ਯੂਟਿਊਬ ਚੈਨਲ 'ਤੇ। ਦੋਸਤੋ, ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੁਝ ਅਜਿਹੀਆਂ ਗਾਵਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਸ਼ਾਇਦ ਹੀ ਤੁਸੀਂ ਕਦੀ ਸੁਣਿਆ ਹੋਵੇਗਾ। ਹਾਂਜੀ ਦੋਸਤੋ, 5ਵੇਂ ਨੰਬਰ ਵਾਲੀ ਗਾਂ ਦੀ ਗੱਲ ਕਰੀਏ ਤਾਂ ਦੋਸਤੋ, ਕੈਂਸੋਲੈਟ ਕਾਓ, ਜਾਣੀ ਕਿ ਇਹਨਾਂ ਦੇ ਢਿੱਡ ਦੇ ਵਿੱਚ ਇਨਸਾਨਾਂ ਦੁਆਰਾ ਬਣਾਇਆ ਹੋਇਆ ਇੱਕ ਹੋਲ ਹੁੰਦਾ ਏ, ਅਤੇ ਇਸ ਹੋਲ 'ਤੇ ਮਤਲਬ ਇਹ ਨਹੀਂ ਕਿ ਇਹਨਾਂ ਨੂੰ ਕੋਈ ਬਿਮਾਰੀ ਏ, ਬਲਕਿ ਵਿਗਿਆਨੀਆਂ ਦੁਆਰਾ ਇਹਨਾਂ ਦੇ ਖਾਧੇ ਹੋਏ ਚਾਰੇ ਦੇ ਉੱਤੇ ਨਜ਼ਰ ਰੱਖੀ ਜਾਂਦੀ ਹੈ, ਅਤੇ ਜੇਕਰ ਇਸ ਇਹਨਾਂ ਦੇ ਖਾਣੇ ਦੇ ਵਿੱਚ ਕੋਈ ਕਮੀ ਹੋਵੇ ਤਾਂ ਉਸ ਨੂੰ ਪੂਰਾ ਕਰਨ ਦੇ ਲਈ ਇਹਨਾਂ ਨੂੰ ਵਿਟਾਮਿਨ ਦਿੱਤੇ ਜਾਂਦੇ ਹਨ, ਜਿਸ ਦੇ ਕਾਰਨ ਗਾਵਾਂ ਦੁੱਧ ਜ਼ਿਆਦਾ ਦਿੰਦੀਆਂ ਹਨ ਅਤੇ ਪੌਸ਼ਟਿਕ ਦੁੱਧ ਦਿੰਦੀਆਂ ਹਨ, ਅਤੇ ਜੇਕਰ ਉਹ ਕਿਤੇ ਗਲਤ ਮਲਤ ਖਾ ਲੈਣ ਤਾਂ ਇਸ ਹੋਲ ਵਿੱਚੋਂ ਦੀ ਹੱਥ ਪਾ ਕੇ ਉਹਨਾਂ ਦੇ ਵਿੱਚੋਂ ਉਹ ਕਚਰਾ ਕੱਢ ਲਿਆ ਜਾਂਦਾ ਹੈ। ਇਹ ਗਾਵਾਂ ਸਵਿਟਜ਼ਰਲੈਂਡ ਅਤੇ ਹਾਲੈਂਡ ਦੇ ਵਿੱਚ ਪਾਈਆਂ ਜਾਂਦੀਆਂ ਹਨ। ਅਤੇ ਨੰਬਰ 4 'ਤੇ ਦੋਸਤੋ ਗੱਲ ਕਰਦੇ ਹਾਂ ਲਿਜਿਸ ਬਲੂ ਗ੍ਰਾਸ ਦੀ, ਅਤੇ ਦੋਸਤੋ ਇਸ ਆਦਮੀ ਦਾ ਕਹਿਣਾ ਹੈ ਕਿ ਮੇਰੇ ਬਲਦ ਨੂੰ ਜੋ ਵੀ ਵੇਂਦਾ ਹੈ ਉਹ ਆਪਣੀਆਂ ਨਜ਼ਰਾਂ 'ਤੇ ਯਕੀਨ ਨਹੀਂ ਕਰ ਪਾਉਂਦਾ, ਕਿਉਂਕਿ ਇਸ ਦੇ ਪਾਲਤੂ ਬਲਦ ਦੇ ਸਿੰਘ ਆਮ ਬਲਦਾਂ ਦੇ ਸਿੰਘਾਂ ਦੇ ਨਾਲੋਂ ਕਾਫ਼ੀ ਜ਼ਿਆਦਾ ਵੱਡੇ ਨੇ। ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਬਲਦ ਆਪਣੇ ਸਿੰਘਾਂ ਦੇ ਕਾਰਨ 2014 ਦੇ ਵਿੱਚ ਵਰਲਡ ਰਿਕਾਰਡ ਹੋਲਡਰ ਵੀ ਰਹਿ ਚੁੱਕਿਆ ਹੈ, ਅਤੇ ਉਸ ਸਮੇਂ ਇਹਦੇ ਸਿੰਘਾਂ ਦੀ ਲੰਬਾਈ 294 ਸੈਂਟੀਮੀਟਰ ਦੀ ਸੀ। ਤੇ ਇਸ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਦੇ ਪਿਓ ਅਤੇ ਦਾਦੇ ਦੇ ਵੀ ਸਿੰਘ ਕਾਫੀ ਜ਼ਿਆਦਾ ਵੱਡੇ ਸੀ, ਪਰ ਇਹ ਉਹਨਾਂ ਦੋਨਾਂ ਦੇ ਨਾਲੋਂ ਅੱਗੇ ਨਿਕਲ ਗਿਆ। ਨੰਬਰ 3 ਤੇ ਦੋਸਤੋ ਆਉਂਦੀ ਹੈ ਕਨਿੱਕਰ। ਕੀ ਤੁਸੀਂ ਗਾਵਾਂ ਦੇ ਰਾਜ ਨੂੰ ਵੇਖਿਆ? ਜੇ ਨਹੀਂ ਵੇਖਿਆ ਤਾਂ ਇੱਕ ਵਾਰੀ ਵੇਖ ਲਿਓ। ਦੋਸਤੋ, ਇਹ ਪਿਛਲੇ ਸਾਲ ਕਾਫੀ ਸੁਰਖੀਆਂ ਦੇ ਵਿੱਚ ਰਹੀ ਆਪਣੇ ਵਿਸ਼ਾਲ ਕਾਇ ਸਰੀਰ ਦੇ ਕਰਕੇ, ਤੇ ਇਸ ਦਾ ਸਰੀਰ ਇਸ ਨੂੰ ਬਾਕੀ ਗਾਵਾਂ ਦੇ ਨਾਲੋਂ ਕਾਫੀ ਜ਼ਿਆਦਾ ਵੱਖਰਾ ਬਣਾਉਂਦਾ ਹੈ। ਦੋਸਤੋ, ਇਸ ਗਾਂ ਦੀ ਲੰਬਾਈ 194 ਸੈਂਟੀਮੀਟਰ ਦੀ ਹੈ ਤੇ ਇਸ ਦਾ ਵਜ਼ਨ ਲਗਭਗ 1400 ਕਿਲੋਗ੍ਰਾਮ ਦਾ ਹੈ। ਤੁਹਾਨੂੰ ਦੱਸ ਦਈਏ ਕਿ ਕਨਿੱਕਰ ਇੱਕ ਬੁੱਚੜਖਾਨੇ ਦੇ ਵਿੱਚ ਪੈਦਾ ਹੋਇਆ ਸੀ ਜਿੱਥੇ ਗਾਵਾਂ ਨੂੰ ਵੱਢ ਕੇ ਵੇਚਿਆ ਜਾਂਦਾ ਹੈ, ਪਰ ਇਹਦੇ ਵੱਖਰੇ ਸਰੀਰ ਦੇ ਕਰਕੇ ਇਸ ਨੂੰ ਵੱਢਿਆ ਨਹੀਂ ਗਿਆ। ਨੰਬਰ 2 ਤੇ ਦੋਸਤੋ ਗੱਲ ਕਰਦੇ ਹਾਂ ਹੈਲੀਕਸ ਕਾਓ ਦੀ, ਜੋ ਕਿ ਦੋਸਤੋ ਸਿਰਫ ਇੰਡੀਆ ਦੇ ਵਿੱਚ ਹੀ ਪਾਈਆਂ ਜਾਂਦੀਆਂ ਨੇ ਤੇ ਜ਼ਿਆਦਾਤਰ ਇਹ ਕਰਨਾਟਕ ਰਾਜ ਦੇ ਵਿੱਚ ਪਾਈਆਂ ਜਾਂਦੀਆਂ ਨੇ। ਇਸ ਨਸਲ ਨੂੰ ਐਲੀਗਰ ਨਸਲ ਵੀ ਕਿਹਾ ਜਾਂਦਾ ਹੈ ਤੇ ਇਸ ਦੀ ਪਛਾਣ ਇਸ ਦੇ ਤਿੱਖੇ ਛੁਰੀ ਵਰਗੇ ਸਿੰਘ ਹੁੰਦੇ ਹਨ। ਨੰਬਰ 1 ਤੇ ਦੋਸਤੋ ਆਉਂਦੀ ਹੈ ਬੈਲਜੀਅਮ ਬਲੂ ਕਾਓਸ। ਇਹ ਸੁਣ ਕੇ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ, ਪਰ ਤੁਹਾਨੂੰ ਦੱਸ ਦਈਏ ਕਿ ਦੋਸਤੋ ਗਾਵਾਂ ਦੀ ਇੱਕ ਨਸਲ ਬਾਡੀ ਬਿਲਡਰ ਬਣ ਚੁੱਕੀ ਹੈ। ਹੈਰਾਨੀ ਵਾਲੀ ਤਾਂ ਗੱਲ ਦੋਸਤੋ ਇਹ ਹੈ ਕਿ ਨਾ ਹੀ ਇਹਨਾਂ ਦੇ ਖਾਣੇ ਦੇ ਵਿੱਚ ਕੋਈ ਬਦਲਾਵ ਕੀਤਾ ਗਿਆ ਹੈ ਤੇ ਨਾ ਹੀ ਇਹਨਾਂ ਨੂੰ ਜਿਮ ਵਰਗੀ ਕੋਈ ਟ੍ਰੇਨਿੰਗ ਦਿੱਤੀ ਗਈ ਹੈ। ਇਸ ਗਾਂ ਦੇ ਕੋਲ ਮਾਈਸਟੈਟਨ ਨਾਂ ਦੀ ਇੱਕ ਕੁਦਰਤੀ ਤਬਦੀਲੀ ਹੈ। ਮਾਈਸਟੈਟਿਨ ਇੱਕ ਪ੍ਰੋਟੀਨ ਹੈ ਜਿਹੜਾ ਕਿ ਮਾਸਪੇਸ਼ੀਆਂ ਦੇ ਵਿਕਾਸ ਨੂੰ ਰੋਕ ਦਿੰਦਾ ਹੈ। ਇਹ ਬਦਲਾਵ ਚਰਬੀ ਦੇ ਨਾਲ ਵੀ ਬਹੁਤ ਦਖਲ ਅੰਦਾਜ਼ੀ ਕਰਦਾ ਹੈ ਤੇ ਜਿਸ ਦੇ ਨਾਲ ਇਹਨਾਂ ਦੇ ਅੰਦਰ ਬਹੁਤ ਘੱਟ ਮਾਸ ਪੈਦਾ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਤੇਜ਼ੀ ਨਾਲ ਘੱਟ ਚਰਬੀ ਵਾਲੀਆਂ ਮਾਸਪੇਸ਼ੀਆਂ ਦੇ ਵਿੱਚ ਵਾਧਾ ਹੁੰਦਾ ਹੈ, ਜਾਣੀ ਕਿ ਇਸ ਨਸਲ ਦੀਆਂ ਗਾਵਾਂ ਦੇ ਵਿੱਚ ਮਸਲਾਂ ਵਿੱਚ ਜ਼ਿਆਦਾ ਵਾਧਾ ਹੁੰਦਾ ਹੈ। ਅਜਿਹਾ ਪ੍ਰੋਟੀਨ ਪਾਇਆ ਜਾਂਦਾ ਹੈ ਇਸ ਗਾਂ ਦੇ ਵਿੱਚ। ਅੱਜ ਦੀ ਇਹ ਵੀਡੀਓ ਦੋਸਤੋ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਨੂੰ ਦੱਬ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ।